ਫਤਿਹਵੀਰ ਮਾਮਲੇ 'ਚ ਕੋਈ ਨਾ ਕੋਈ ਹਰ ਘੰਟੇ ਦੇ ਨਾਲ ਹਰ ਘੜੀ ਦੇ ਨਾਲ ਕੋਈ ਨਾ ਕੋਈ ਜਿਹੜੀ ਘਟਨਾ ਹੈ ਉਹ ਸਾਹਮਣੇ ਆਉਂਦੀ ਜਾ ਰਹੀ ਹੈ। ਅਤੇ ਹੁਣ ਜਿਵੇਂ ਕਿ ਫਤਿਹਵੀਰ ਦੀ ਮੌਤ ਨੂੰ ਲੈ ਕੇ ਲੋਕਾਂ 'ਚ ਗੁੱਸਾ ਹੈ ਜਿਹੜਾ ਸੱਤਵੇਂ ਅਸਮਾਨ 'ਤੇ ਹੈ, ਅਤੇ ਲੋਕਾਂ ਵੱਲੋਂ ਪੀਜੀਆਈ ਦੇ ਬਾਹਰ ਮੋਰਚਰੀ ਦੇ ਬਾਹਰ ਪੀਜੀਆਈ ਮੋਰਚਰੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਧਰਨਾ ਮੁਜ਼ਾਹਰਾ ਕੀਤਾ ਜਾ ਰਿਹਾ। ਅਤੇ ਇਸ ਦੌਰਾਨ ਉੱਥੇ ਪਹੁੰਚੇ ਵਿਰੋਧੀ ਧਿਰ ਆਗੂ ਹਰਪਾਲ ਚੀਮਾ, ਜਦੋਂ ਉੱਥੇ ਪਹੁੰਚੇ ਹਾਲ ਚਾਲ ਜਾਣਨ ਲਈ ਕਿ ਕੀ ਹਾਲਾਤ ਨੇ, ਤਾਂ ਉਹਨਾਂ ਨੂੰ ਲੋਕਾਂ ਦੇ ਗੁੱਸੇ ਦਾ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜੀ ਹਾਂ, ਇੱਕ ਵਾਰ ਮੁੜ ਤੋਂ ਦੱਸਣਾ ਚਾਹਾਂਗੇ ਕਿ ਪੀਜੀਆਈ ਦੇ ਬਾਹਰ ਪਹੁੰਚੇ ਹਰਪਾਲ ਚੀਮਾ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਉੱਥੇ ਲੋਕਾਂ ਦਾ ਇਹ ਸਵਾਲ ਸੀ ਕਿ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਇਹਨਾਂ 5 ਦਿਨਾਂ ਦੌਰਾਨ ਕਿੱਥੇ ਸੀ, ਕਿਉਂ ਉਹ ਪੰਜਾਬ ਸਰਕਾਰ ਦੇ ਨਾਲ ਸੁੱਤੇ ਪਏ ਸੀ, ਅਤੇ ਕਿਉਂ ਇਹ ਸਭ ਹੋਣ ਦਿੱਤਾ ਗਿਆ, ਭਗਵੰਤ ਮਾਨ ਉਦੋਂ ਕਿੱਥੇ ਸੀ ਅਤੇ ਹੁਣ ਉਹ ਇਸ ਜਗ੍ਹਾ ਇਹ ਇੰਨੇ ਦੁਖਦਾਈ ਹਾਲਾਤਾਂ ਵਿੱਚ ਇੱਥੇ ਕੀ ਕਰਨ ਆਏ ਨੇ। ਸੋ ਲੋਕਾਂ ਦਾ ਗੁੱਸਾ ਜਿਹੜਾ ਸੱਤਵੇਂ ਅਸਮਾਨ 'ਤੇ ਪਹੁੰਚ ਚੁੱਕਿਆ, ਅਤੇ ਹੁਣ ਅੱਗੇ ਲੋਕਾਂ ਦਾ ਗੁੱਸਾ ਕੀ ਰੋਕ ਕਰੇਗਾ, ਇਸ 'ਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ। ਚਾਚਾ ਕਾ ਬੱਚੇ ਦਾ ਫਤਿਹਵੀਰ ਦਾ ਚਾਚਾ ਕਾ ਰਾਜਨੀਤੀ ਕਰ ਰਿਹਾ ਕਿਸੇ ਮੈਂ ਕੋਈ ਕਿਸੇ ਕਿਸਮ ਦੀ ਰਾਜਨੀਤੀ ਕਰ ਰਿਹਾ, ਨਾ ਹੀ ਮੈਂ ਰਾਜਨੀਤੀ ਤੱਕ ਕਰ ਰਿਹਾ ਸੀ, ਨਾ ਹੀ ਮੈਂ ਕਿਸੇ ਕੈਮਰੇ ਦੇ ਸਾਹਮਣੇ ਜਾਣ ਉੱਤੇ ਹੋਇਆ। ਥੋੜੇ ਜਿਹੇ ਪੱਤਰਕਾਰ ਮੈਨੂੰ ਜ਼ਰੂਰ ਮਿਲੇ ਸੀ ਜਿਹੜੇ ਆਪਦੇ ਲੜੇ ਤੋਂ, ਮੇਰੀ ਸੁਣੋ, ਮੈਂ ਮੇਰੀ ਗੱਲ ਸੁਣਨ ਦੀ ਕੋਸ਼ਿਸ਼ ਕਰੋ, ਮੈਂ ਕਹਿੰਦਾ ਨਹੀਂ ਸੁਣਨੀ, ਨਹੀਂ ਸੁਣਨੀ, ਨਹੀਂ ਸੁਣਨੀ, ਇੱਕ ਮਿੰਟ, ਆਮ ਆਦਮੀ ਪਾਰਟੀ ਜਨਰਲ ਨਹੀਂ ਬੈਠ ਸਕਦੇ, ਸਾਡੀ ਗੱਲ ਸੁਣੋ, ਪੰਜਾਬ ਸਰਕਾਰ ਕੋਲ ਕੋਈ ਅਜਿਹੀ ਤਕਨੀਕ ਨਹੀਂ ਹੈਗੀ ਜਿਹੜਾ ਬੱਚਾ ਕੱਢਿਆ ਜਾ ਸਕੇ, ਔਰ ਇਸੇ ਲਈ ਅਸੀਂ ਬੇਨਤੀ ਕੀਤੀ ਸੀ ਗਵਰਨਮੈਂਟ ਆਫ ਇੰਡੀਆ ਦੇ। ਸਰ, ਤਿੰਨੋਂ ਪਾਰਟੀਆਂ 2 ਦਿਨਾਂ ਵਾਸਤੇ ਇਕੱਠੀਆਂ ਹੋ ਸਕਦੀਆਂ ਸੀ, ਉੱਥੇ ਤਿੰਨੋਂ ਪਾਰਟੀਆਂ ਇਕੱਠੀਆਂ ਹੋ ਕੇ ਬੈਠ ਸਕਦੀਆਂ ਸੀ, ਇਕੱਠੀਆਂ ਹੋ ਕੇ ਬੈਠ ਕੇ ਤੁਸੀਂ ਕਿਸੇ ਡਾ ਕੇ ਬੈਠਦੇ, ਉੱਥੇ ਸਭ ਕੁਝ ਹੋਣਾ ਸੀ। ਬਿਊਰੋ ਰਿਪੋਰਟ, ਚੈਨਲ ਪੰਜਾਬੀ।